ਆਪਾਂ ਤੋਂ ਆ ਦੇਣਾ, ਮਲਿਕ ਸਾਹਿਬ ਵੀ ਆਪਾਂ ਤੋਂ ਆ ਦੇਣਾ। ਮੇਰਾ ਪਿਉ ਤੇ ਦੁਬਈ ਗਿਆ ਹੀ ਇਸ ਵਾਸਤੇ ਦੇਖੇ ਆਪਣੇ ਧੀ ਨੂੰ ਇੱਜ਼ਤ ਨਾਲ ਸਹੁਰਿਆ ਘਰ ਤੋਰ ਸਕੇ। ਅਸਲਾਮ ਅਲੈਕੁਮ, ਹੱਸਦੇ ਰਹੋ, ਵਸਦੇ ਰਹੋ, ਬਹੁਤ ਹੀ ਜ਼ਿਆਦਾ ਖੁਸ਼ ਰਹੋ। ਮੈਂ ਹਾਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਐਸੀ ਫਿਲਮ ਲੈ ਕੇ ਆ ਰਿਹਾ, ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਸ ਫਿਲਮ ਦਾ ਨਾਮ ਹੈ ਵੀਜ਼ਾ ਦੁਬਈ ਦਾ। ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। 5 ਜੁਲਾਈ 1982 ਜੁਮਰਾਤ ਵਾਲੇ ਦਿਨ ਈਦ ਉਲ ਫਿਤਰ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਵੀਜ਼ਾ ਦੁਬਈ ਦਾ। ਇਸ ਫਿਲਮ ਦੀ ਇਹ ਖਾਸੀਅਤ ਹੈ ਕਿ ਇਹ ਫਿਲਮ ਦੁਬਈ ਦੇ ਵਿੱਚ ਕਾਫੀ ਸਾਰਾ ਸ਼ੂਟ ਦਾ ਦੁਬਈ ਦੇ ਵਿੱਚ ਹੋਇਆ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਮੁਮਤਾਜ਼, ਦੁਰਦਾਨਾ ਰਹਿਮਾਨ, ਹੁਮਾ ਡਾਰ, ਸੀਮਾ ਬੇਗਮ, ਅਸਲਮ ਪਰਵੇਜ਼, ਮੁਹੰਮਦ ਕਵੀ ਖਾਨ ਅਲਿਆਸ ਕਸ਼ਮੀਰੀ ਅਤੇ ਅਦੀਬ। ਹਦਾਇਤ ਜਾਵੇਦ ਰਜ਼ਾ, ਫਿਲਮ ਸਾਜ਼ ਕੇ ਹੁਸੈਨ, ਇਹਦੇ ਲਿਖਣ ਵਾਲੇ ਨੇ ਸਈਦ ਸਾਹਲੀ ਅਤੇ ਮਿਊਜ਼ਿਕ ਦਿੱਤਾ ਹੈ ਕਮਾਲ ਅਹਿਮਦ ਨੇ। ਇਸ ਫਿਲਮ ਦੇ ਅੰਦਰ ਜਦੋਂ ਇਹ ਕੈਮਰਾ ਓਪਨ ਹੁੰਦਾ ਹੈ ਤਾਂ ਕੁਛ ਦੇਰ ਵਾਸਤੇ ਤੁਸੀਂ ਇਹ ਮਹਿਸੂਸ ਕਰੋਗੇ 5-10 ਮਿੰਟ ਕਿ ਤੁਸੀਂ ਫਿਲਮ ਰੰਗੀਲਾ ਵੇਖ ਰਹੇ ਹੋ। ਸੁਲਤਾਨ ਰਾਈ ਨੇ ਇੱਕ ਭੋਲੇ ਭਾਲੇ ਇਨਸਾਨ ਦਾ ਕਿਰਦਾਰ ਅਦਾ ਕੀਤਾ ਹੈ ਕਿ ਜਿਹੜਾ ਐਕਟਰ ਵੀ ਹੁੰਦਾ ਹੈ। ਔਰ ਉਸੇ ਤਰ੍ਹਾਂ ਅਗਰ ਤੁਸੀਂ ਰੰਗੀਲਾ ਫਿਲਮ ਵੇਖੀਏ ਵੀਜ਼ਾ ਦੁਬਈ ਦੇ ਅੰਦਰ, ਇਹੀ ਐਕਟਿੰਗ ਜਿਹੜੀ ਆ ਸੁਲਤਾਨ ਰਾਈ ਨੇ ਕੀਤੀ ਹੈ। ਔਰ ਰੰਗੀਲਾ ਦੇ ਅੰਦਰ ਵੀ, ਫਿਲਮ ਰੰਗੀਲਾ ਦੇ ਅੰਦਰ ਵੀ ਉਹਨੂੰ ਜਿਹੜੀ ਕੁੜੀ ਨਜ਼ਰ ਆਉਂਦੀ ਹੈ, ਇਸੇ ਤਰ੍ਹਾਂ ਸੁਲਤਾਨ ਰਾਈ ਨੂੰ ਵੀ ਮੁਮਤਾਜ਼ ਨਜ਼ਰ ਆਉਂਦੀ, ਉਹਦੇ ਨਾਲ ਡਾਇਲੋਗ ਬਾਜ਼ੀ ਹੁੰਦੀ ਔਰ ਸ਼ੋਰ ਮਚਾਉਂਦਾ ਉੱਠਦਾ ਹੈ, ਮਾਂ ਉਹਨੂੰ ਮਾਰਦੀ ਹੈ। ਔਰ ਇੱਕ ਪੋਲਾ ਪਾਲਾ ਇਨਸਾਨ ਹੁੰਦਾ ਹੈ, ਉਹਦੀ ਇੱਕ ਭੈਣ ਹੁੰਦੀ ਹੈ, ਭੈਣ ਦਾ ਕਿਰਦਾਰ ਹੁਮਾ ਡਾਰ ਨੇ ਅਦਾ ਕੀਤਾ ਹੈ, ਜਿਹਦਾ ਨਾਮ ਰਾਨੋ ਹੁੰਦਾ ਹੈ। ਮੇਰੀ ਭੈਣ ਨੂੰ ਮਾਰ ਕੇ ਔਰ ਤੇਰਾ ਪੁੱਤਰ ਕੋੜੇ ਨਹੀਂ ਚੜ ਗਏ। ਸੀਮਾ ਬੇਗਮ ਨੇ ਸੁਲਤਾਨ ਰਾਈ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ ਔਰ ਮੁਹੰਮਦ ਕਵੀ ਖਾਨ ਨੇ ਉਹਦੇ ਪਿਓ ਦਾ ਰੋਲ ਅਦਾ ਕੀਤਾ ਜਿਹੜਾ ਦੁਬਈ ਦੇ ਵਿੱਚ ਹੁੰਦਾ ਹੈ ਔਰ ਉਸਦਾ ਨਾਮ ਸ਼ਰੀਫ ਹੁੰਦਾ ਹੈ। ਅੱਛਾ, ਮੁਮਤਾਜ਼ ਦਾ ਨਾਮ ਜਿਹੜਾ ਸਲਮਾ ਹੁੰਦਾ ਔਰ ਸਲਮਾ ਜਿਹੜੀ ਹੁੰਦੀ ਹੈ ਅਲਿਆਸ ਕਸ਼ਮੀਰੀ ਦੀ ਭਤੀਜੀ ਹੁੰਦੀ ਹੈ ਔਰ ਸ਼ਹਿਰੋਂ ਆਉਂਦੀ ਔਰ ਪਿੰਡ ਵਿੱਚ ਉਹ ਅਲਿਆਸ ਕਸ਼ਮੀਰੀ ਦੇ ਕੋਲ ਰਹਿੰਦੀ ਹੈ ਔਰ ਉਹਨੂੰ ਸੁਲਤਾਨ ਰਾਈ ਦੇ ਨਾਲ ਪਿਆਰ ਹੁੰਦਾ ਹੈ, ਜਿਸ ਤਰ੍ਹਾਂ ਹਰ ਫਿਲਮਾਂ 'ਚ ਤੁਸੀਂ ਵੇਖਿਆ ਹੋਏਗਾ। ਔਰ ਰੰਗੀਲਾ ਨੇ ਇਸ ਫਿਲਮ ਦੇ ਅੰਦਰ ਜਾਨੀ ਦਾ ਕਿਰਦਾਰ ਅਦਾ ਕੀਤਾ ਜਿਹੜਾ ਕਿ ਸੁਲਤਾਨ ਰਾਈ ਦਾ ਦੋਸਤ ਹੁੰਦਾ ਹੈ ਔਰ ਸੁਲਤਾਨ ਰਾਈ ਦਾ ਨਾਮ ਰਾਜਾ ਹੁੰਦਾ ਹੈ। ਅਲਿਆਸ ਕਸ਼ਮੀਰੀ ਦਾ ਕੰਮ ਇਹ ਹੁੰਦਾ ਹੈ ਕਿ ਪਿੰਡ ਦੀਆਂ ਜਿਹੜੀਆਂ ਪੋਲੀਆਂ ਪਾਲੀਆਂ ਕੁੜੀਆਂ ਆਉਂਦੀਆਂ ਹਨ ਉਹ ਉਹਨਾਂ ਨੂੰ ਕੇਅਰ ਕਰਕੇ ਉਹਨਾਂ ਦੇ ਰਿਸ਼ਤੇ ਦੁਬਈ 'ਚ ਕਰਾਉਂਦਾ ਔਰ ਦੁਬਈ ਦੇ ਅੰਦਰ ਉਹਦਾ ਇੱਕ ਦੋਸਤ ਹੁੰਦਾ ਅਦੀਬ, ਜਿਹਨੇ ਇੱਕ ਗਰੋਹ ਬਣਾਇਆ ਹੁੰਦਾ ਔਰ ਲੜਕੀਆਂ ਦੇ ਇੱਜ਼ਤਾਂ ਲੁੱਟਦਾ। ਉਹ ਅਲਿਆਸ ਕਸ਼ਮੀਰੀ ਜੈਲੀ ਵੀਜ਼ੇ ਦਾ ਕਾਰੋਬਾਰ ਵੀ ਕਰਦਾ ਹੈ ਔਰ ਜਿਹੜੀ ਸੁਲਤਾਨ ਰਾਈ ਦੀ ਭੈਣ ਹੁੰਦੀ ਹੈ ਉਸਦਾ ਰਿਸ਼ਤਾ ਅਸਲਮ ਪਰਵੇਜ਼ ਦੇ ਪੁੱਤਰ ਨਾਲ ਤੈਅ ਆਉਂਦਾ ਹੈ। ਅਸਲ ਪਰਵੇਜ਼ ਇਹ ਸ਼ੋਅ ਕਰਦਾ ਹੈ ਕਿ ਮੈਨੂੰ ਜੇਜ ਦੀ ਕੋਈ ਲਾਲਚ ਨਹੀਂ, ਇਹ ਰਿਸ਼ਤਾ ਤੈਅ ਹੋ ਜਾਂਦਾ ਹੈ। ਔਰ ਇਹਦਾ ਜਿਹੜੀ ਦੁਰਦਾਨਾ ਰਹਿਮਾਨ ਹੁੰਦੀ ਹੈ ਉਹਦਾ ਨਾਮ ਬਾਨੋ ਹੁੰਦਾ ਹੈ, ਉਹ ਵੀ ਉਸੇ ਪਿੰਡ ਦੀ ਰਹਿਣ ਵਾਲੀ ਹੁੰਦੀ ਹੈ ਔਰ ਉਹਨੂੰ ਜਿਹੜਾ ਅਲਿਆਸ ਕਸ਼ਮੀਰੀ ਹੁੰਦਾ ਹੈ ਪਿਲਾ ਫਸਲਾ ਕੇ ਉਹਦਾ ਰਿਸ਼ਤਾ ਵੀ ਦੁਬਈ 'ਚ ਕਰ ਦਿੰਦਾ ਹੈ। ਉਹਨੂੰ ਇੱਕ ਮੁੰਡੇ ਦੀ ਤਸਵੀਰ ਦੱਸਦਾ ਹੈ ਜਿਹਦੇ ਨਾਲ ਉਹਦਾ ਨਿਕਾਹ ਹੋ ਜਾਂਦਾ ਹੈ, ਉਹਦੀ ਸ਼ਾਦੀ ਕਰਕੇ ਉਹਨੂੰ ਦੁਬਈ ਭੇਜ ਜਾਂਦਾ ਹੈ। ਉਹ ਜਦੋਂ ਦੁਬਈ ਪਹੁੰਚਦੀ ਹੈ ਤਾਂ ਉਹਦਾ ਕੁੰਡ ਚੁੱਕਣ ਵਾਲਾ ਜਿਹੜਾ ਹੁੰਦਾ ਉਹ ਅਦੀਬ ਹੁੰਦਾ ਹੈ,
ਦੁਰਦਾਨਾ ਰਹਿਮਾਨ ਬੜੀ ਪਰੇਸ਼ਾਨ ਹੁੰਦੀ ਹੈ, ਬਾਨੋ ਬੜੀ ਪਰੇਸ਼ਾਨ ਹੁੰਦੀ ਹੈ ਕਿ ਇਹ ਕੀ ਚੱਕਰ ਹੈ। ਉਹ ਖੈਰ ਮਜ਼ਾਮਤ ਕਰਦੀ ਹੈ, ਲੇਕਿਨ ਅਦੀਬ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਔਰ ਆਪਣੀ ਜਾਨ ਬਚਾ ਕੇ ਉਹਨੂੰ ਜ਼ਖਮੀ ਕਰ ਕੇ ਨੱਸਦੀ ਹੈ। ਅੱਜ ਤੱਕ ਤੁਸੀਂ ਸਾਡੇ ਖੂਨ ਪਸੀਨੇ ਦੀ ਕਮਾਈ ਖਾਂਦੇ ਰਹੇ ਹੋ, ਅਸੀਂ ਤੁਹਾਨੂੰ ਕੁਛ ਨਹੀਂ ਕਿਹਾ, ਪਰ ਹੋਰ ਸਵਾਲ ਹੈ ਵਤਨ ਦੀ ਗੈਰਤ ਦਾ। ਉਹ ਦੂਸਰੇ ਕਮਰੇ ਨੱਸ ਕੇ ਜਾਂਦੀ ਹੈ ਤੇ ਉਹਦੀ ਮੁਲਾਕਾਤ ਸ਼ਰੀਫ ਦੇ ਨਾਲ ਹੁੰਦੀ ਹੈ, ਜਿਸਦਾ ਕਿਰਦਾਰ ਮੁਹੰਮਦ ਕੋਵੀ ਖਾਨ ਨੇ ਅਦਾ ਕੀਤਾ ਹੈ। ਔਰ ਉਹ ਧੀ ਦੇ ਜੇਦ ਵਾਸਤੇ ਪਾਕਿਸਤਾਨ ਤੋਂ ਦੁਬਈ ਆਇਆ ਹੁੰਦਾ ਹੈ ਔਰ ਉੱਥੇ ਉਸ ਗਰੋਹ ਦੇ ਟਾਇਰ ਚੜ ਜਾਂਦਾ ਹੈ। ਖੈਰ ਦੁਰਦਾਨਾ ਰਹਿਮਾਨ ਦੀ ਉਹਦੇ ਨਾਲ ਮੁਲਾਕਾਤ ਹੁੰਦੀ ਹੈ, ਇੱਕ ਪਿੰਡ ਦੇ ਰਹਿਣ ਵਾਲੇ ਹੁੰਦੇ, ਦੋਨੋਂ ਇੱਕ ਦੂਜੇ ਨੂੰ ਜਾਣਦੇ ਨੇ। ਉਹ ਬਾਨੋ ਨੂੰ ਆਪਣੇ ਕੋਲ ਰੱਖਦਾ ਹੈ, ਉਹਦੇ ਜਿਹੜੇ ਰੂਮਮੇਟ ਹੁੰਦੇ ਨੇ ਉਹ ਪੈਸਾ ਇਕੱਠੇ ਕਰਦੇ ਨੇ ਔਰ ਕਹਿੰਦੇ ਕਿ ਤੂੰ ਵਾਪਸ ਪਾਕਿਸਤਾਨ ਚਲਾ ਜਾ, ਆਪਣੀ ਧੀ ਦਾ ਜੇਲ ਲੈ ਲੈ ਔਰ ਬਾਨੋ ਨੂੰ ਨਾਲ ਵਾਪਸ ਲੈ ਜਾ। ਖੈਰ ਜਿਹੜੇ ਅਦੀਬ ਦੇ ਗੁੰਡੇ ਹੁੰਦੇ ਨੇ ਆਉਂਦੇ ਨੇ ਔਰ ਆ ਕੇ ਸ਼ਰੀਫ ਨੂੰ ਜ਼ਖਮੀ ਕਰਦੇ ਨੇ ਔਰ ਸ਼ਰੀਫ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਬਾਨੋ ਨੂੰ ਚੁੱਕ ਕੇ ਲੈ ਜਾਂਦੇ ਨੇ। ਸ਼ਰੀਫ ਉਹਨਾਂ ਦੇ ਪਿੱਛੇ ਜਾਂਦੇ ਆ, ਅਦੀਬ ਉਸਨੂੰ ਕਤਲ ਕਰ ਦਿੰਦਾ। ਬਰਾਤ ਤੋਂ ਦੋ ਦਿਨ ਪਹਿਲੇ, ਇੱਧਰ ਬਰਾਤ ਆਉਂਦੀ ਹੈ, ਬਰਾਤ ਤੋਂ ਦੋ ਦਿਨ ਪਹਿਲੇ ਸ਼ਰੀਫ ਨੇ ਪਾਕਿਸਤਾਨ ਆਉਣਾ ਹੁੰਦਾ ਹੈ, ਉਹ ਪਾਕਿਸਤਾਨ ਨਹੀਂ ਆ ਸਕਦਾ। ਖੈਰ ਬਰਾਤ ਦਾ ਦਿਨ ਆ ਜਾਂਦਾ, ਅਸਲ ਪਰਵੇਜ਼ ਬਰਾਤ ਲੈ ਕੇ ਆਉਂਦੇ ਔਰ ਜਦੋਂ ਉਹਨੂੰ ਪਤਾ ਚੱਲਦਾ ਹੈ ਕਿ ਜਹੇਜ਼ ਨਹੀਂ ਆਇਆ, ਉਹ ਵਾਪਸ ਬਰਾਤ ਲੈ ਕੇ ਚਲਾ ਜਾਂਦਾ ਔਰ ਇਸ ਗਮ ਦੇ ਅੰਦਰ ਉਹਦੀ ਜਿਹੜੀ ਮਾਂ ਹੈ ਉਹ ਮਰ ਜਾਂਦੀ ਹੈ। ਉਹਦੀ ਭੈਣ ਖੁਦਕੁਸ਼ੀ ਕਰ ਲੈਂਦੀ ਹੈ ਔਰ ਉਹਦੀ ਮਾਂ ਦੇ ਕੋਲ ਇੱਕ ਰੁੱਕਾ ਮਿਲਦਾ ਜਿਸ 'ਤੇ ਲਿਖਿਆ, ਤੇਰੇ ਪਿਓ ਸ਼ਰੀਫ ਨੂੰ ਦੁਬਈ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸੁਲਤਾਨ ਰਹੀ ਇੰਤਕਾਮ ਬਣ ਜਾਂਦਾ ਔਰ ਇੱਥੋਂ ਜਿਹੜਾ ਫਿਲਮ ਹੈ ਨਾ, ਇੱਥੋਂ ਜਿਹੜਾ ਫਿਲਮ ਹੈ ਉਹ ਆਮ ਰੂਟੀਨ ਵਾਲੀ ਫਿਲਮ ਹੋ ਜਾਂਦੀ ਹੈ। ਇਸਦਾ ਸਟਾਰਟ ਜਿਹੜਾ ਨਾ ਆਗਾਜ਼ ਬੜਾ ਹੀ ਅੱਛਾ ਹੁੰਦਾ ਹੈ। ਸਈਦ ਸਾਹਲੀ ਨੇ ਕਹੋ ਕਿ 5-10 ਮਿੰਟ ਦੀ ਕਾਪੀ ਮਾਰੀ ਹੈ, ਲੇਕਿਨ ਉਸ ਤੋਂ ਬਾਅਦ ਇੱਕ ਅੱਛਾ ਆਗਾਜ਼ ਤੋਂ ਬਾਅਦ ਫਿਰ ਉਹਨੇ ਫਿਲਮ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਹੈ। ਉਹੀ ਕੰਮ ਸ਼ੁਰੂ ਹੋ ਗਿਆ। ਜਿਹੜਾ ਰਾਜਾ ਹੁੰਦਾ ਸੁਲਤਾਨ ਰਹੀ, ਉਹ ਅਸਲਮ ਪਰਵੇਜ਼ ਨੂੰ ਕਤਲ ਕਰਦਾ ਹੈ, ਅਲਿਆਸ ਕਸ਼ਮੀਰੀ ਨੂੰ ਕਤਲ ਕਰਦਾ ਹੈ ਔਰ ਉਸ ਤੋਂ ਬਾਅਦ ਗੈਰ ਕਾਨੂੰਨੀ ਉਹ ਦੁਬਈ ਪਹੁੰਚ ਜਾਂਦਾ ਹੈ ਔਰ ਦੁਬਈ ਦੇ ਅੰਦਰ ਉਹ ਆਪਣੇ ਦੁਸ਼ਮਣਾਂ ਨੂੰ ਕਤਲ ਕਰਦਾ ਹੈ। ਉਹਦੀ ਬਾਨੋ ਨਾਲ ਮੁਲਾਕਾਤ ਹੁੰਦੀ ਹੈ, ਬਾਨੋ ਜਿਹੜੀ ਹੁੰਦੀ ਉਸ ਗਰੋਹ ਦੇ ਚੰਗਲ ਹੀ ਫਸੀ ਹੁੰਦੀ ਹੈ, ਉਹਦਾ ਡਾਂਸਰ ਬਣ ਜਾਂਦੀ ਹੈ ਔਰ ਇਸ ਤਰ੍ਹਾਂ ਕਰਕੇ ਸੁਲਤਾਨ ਰਹੀ ਰਾਜਾ ਜਿਹੜਾ ਹੁੰਦਾ ਹੈ। ਔਰ ਮਜ਼ੇ ਦੀ ਗੱਲ ਹੈ ਕਿ ਮੁਮਤਾਜ਼ ਵੀ ਉੱਥੇ ਪਹੁੰਚ ਜਾਂਦੀ ਹੈ, ਮੁਮਤਾਜ਼ ਦੁਬਈ ਦੇ ਅੰਦਰ ਪਹੁੰਚਦੀ, ਉਹਦੀ ਮੁਲਾਕਾਤ ਰਾਜੇ ਨਾਲ ਹੁੰਦੀ ਔਰ ਰਾਜਾ ਜਿਹੜਾ ਨਾ ਉਹ ਰੂਟੀਨ ਦੀ ਫਿਲਮਾਂ ਦੀ ਤਰ੍ਹਾਂ ਸਾਰੇ ਦੁਸ਼ਮਣਾਂ ਨਾਲ ਇੰਤਕਾਮ ਲੈਂਦਾ ਹੈ ਔਰ ਆਖਰ 'ਤੇ ਆਉਂਦਾ ਹੈ ਕਿ ਜਿਹੜੀ ਬਾਨੋ ਆਉਂਦੀ ਹੈ ਉਹ ਵੀ ਮਾਰੀ ਜਾਂਦੀ ਹੈ ਔਰ ਸੁਲਤਾਨ ਰਹੀ ਅਤੇ ਮੁਮਤਾਜ਼ ਆਪਸ ਵਿੱਚ ਮਿਲ ਜਾਂਦੇ। ਇਹ ਕੋਈ ਖਾਸ ਫਿਲਮ ਨਹੀਂ ਹੈ ਔਰ ਇਹ ਫਿਲਮ ਯੂਟਿਊਬ 'ਤੇ ਵੀ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।